और रिकॉर्डिंग जरूर पायो, ठीक है, राजवीर सोपू है नाम, ठीक है, कोई दिक्कत नहीं, पर आ रिकॉर्डिंग जरूर लोकां तक पहुंचायो भी की सच है की झूठ है। ठीक है, ये पहुंचा देंगे, थोड़ा वादा रहा, तुम भी साडे नाल वादा करो भी ये मरमरिया खत्म करके अपना एक वधिया करदा। हां जी, आ सच है जेड़ा थोनू कहानी दसती सारी, ठीक है। हां जी, ठीक है, आ लोकां तक पहुंचाओ, मेनू नहीं पता केड़े मर्जी चैनल ते पाओ, जे ना पाओ ठीक है, पर आ लोकां तक पहुंचो। अच्छा, मैं लिख ला ते केड़े केड़े बंदे सी नाल, जेड़ा ओ बंदा कह रहा तुसी ओ नहीं सी नाल? सचिन थापण हो रहे थी। सचिन थापा, हां जी, अच्छा, ते हुण ओदे जेड़ा मुंडा, हां जी की जी, जेड़ा बंदा ओ उथे जिने इंटरव्यू दिती है ओ सचिन थापा है जी? नहीं, इंटरव्यू कीती है जेड़े ने ओ कुड़ी है, एक लड़की, ठीक है, थोड़े रेचो हमदर्द मीडिया ग्रुप चो जी, उसने ओदी इंटरव्यू ली सीगी, ठीक है। अच्छा, मैं नहीं आंदा सीगा, और कोई गल नहीं की, ठीक है। हाँ, सानू कोई दिक्कत नहीं, साडे ते गलत कमेंट होई जान, कोई झूठा कही जावे, सानू कोई दिक्कत नहीं, पर जेड़ा बंदा साडे नाल रहे ही नहीं ओ साडे बारे जानदा की है? ठीक है, आ गल थोनू भी पता भी हुण मैं थोड़े नाल रहा नहीं। हाँ, मैं थोड़े बारे चंगा भला कमा गुस्सा आउंदा कि? बिलकुल बिलकुल, मैं फोन लाया भाई, नंबर लैके मसा मुश्किल नाल दोपहर दा नंबर भली जाना थोड़ा, मसा मुश्किल नाल मिलिया, कोई गल नहीं हुण ओदे च मैं फोटो, हां मैं फोटो भेज दना जेडे उस नाल मारिया, ठीक है, एडा कोई चक्कर नहीं गा। अच्छा, तुसी फोटो सानू भेज दो ते अच्छा उनु किनु सिद्धू मूसे वाले नु मारन दे विच तुहाडा हाथ सी? अच्छा, ते पुलिस ता कह रही है भी हरियाणा दे किथों सी, केड़े केड़े सी ओदे च तुहाडा नाम भी आ रहा? हरियाणा च सारे सीगे जी, ठीक है, तीन जने सी हरियाणा चो। अच्छा, केड़े केड़े? ओ नाम नहीं दस सकदा, ठीक है। अच्छा जी, सही गल केड़ी आ ते ओ आपां लोकां तक ओ असीं पहुंचा सकदे आ भी आ गलत गल आ, सही गल इह आ असल गल जी, उसने मारिया सी बिक्की मिट्टू खेड़ा, ठीक है, मैं सिद्धे ही ओपन कहना, उसने भी बिक्की मिट्टू खेड़े दा कतल करवाया सीगा, ठीक है, ਓਹਨੂੰ ਹਥਿਆਰ ਪ੍ਰੋਮੋਟ ਕਰਵਾਏ ਸੀ ਪੰਬੀਆ ਗਰੁੱਪ ਨੂੰ, ਠੀਕ ਹੈ, ਚਾਰ ਜਣੇ ਗਏ ਸੀਗੇ ਉਹ ਚ, ਠੀਕ ਹੈ, ਸਾਰਾ ਇੰਟਰਵਿਊ ਪਾਇਆ ਸੀਗਾ ਓਹਦੇ ਕਤਲ, ਓਹਦੇ ਜਦੋਂ ਓਹਦਾ ਕਤਲ ਹੋਇਆ ਓਹਦੀ ਵੀ ਮਾਂ ਸੀਗੀ, ਠੀਕ ਹੈ, ਓਹਦਾ ਵੀ ਏਡਾ 25 ਸਾਲਾਂ ਦਾ 30 ਸਾਲਾਂ ਦਾ ਮੁੰਡਾ ਸੀਗਾ, ਬੜਾ ਔਖਾ ਪਾਲਿਆ ਸੀਗਾ ਉਸਨੇ ਵੀ, ਠੀਕ ਹੈ, ਓਹਨੂੰ ਮਾਰਿਆ ਓਹਦੀ ਮਾਂ ਨੂੰ ਵੀ ਨੀ ਦੁੱਖ ਹੋਇਆ? ਹੁਣ ਨਿਊਜ਼ ਬਣੀ ਜਾਂਦੀ ਵੀ ਸਿੱਧੂ ਮੂਸੇ ਵਾਲੇ ਆਏ, ਓਹਦਾ ਮਾਂ ਪਿਓ ਓਹਦੇ ਅਮਿਤ ਸ਼ਾਹ ਕੋਲੇ ਜਾਂਦਾ, ਜਿਹਦੇ ਕੋਲੇ ਮਰਜ਼ੀ ਜਾਵੜੇ ਸਾਨੂੰ ਕੋਈ ਡਰ ਨੀ। ਇਹਨੇ ਮੈਂ ਤੁਹਾਨੂੰ ਪੂਰੀ ਗੱਲ ਦੱਸ ਦਿੰਦਾ, ਇਹਨੇ ਹਥਿਆਰ ਪ੍ਰਮੋਟ ਕਰਵਾਏ ਸੀਗੇ ਤੇ ਇਹਨੇ ਆਪਦੇ ਬੰਦਿਆਂ ਜਿਹੜੇ ਬੰਦੇ ਸੀ ਨਾ ਪੰਬੀਆ ਗਰੁੱਪ ਦੇ ਨੂੰ ਮਾਰਨ ਵਾਸਤੇ ਇਹਨੇ ਪ੍ਰਮੋਟ ਕਰਾਏ ਹਥਿਆਰ ਤੇ ਗੱਡੀ ਤੇ ਇਹਨਾਂ ਦਾ ਰਹਿਣ ਸਹਿਣ, ਇਹਨਾਂ ਨੂੰ ਬਾਹਰ ਟਪਾਉਣਾ, ਸਾਰਾ ਕੁਛ ਇਹਨੇ ਕਰਵਾਇਆ ਸੀਗਾ। ਅੱਛਾ, ਅੱਗੇ ਵੀ ਇਹਨੂੰ 6-7 ਵਾਰੀ ਅਸੀਂ ਫੋਨ ਕਰਿਆ, ਜੈਪੁਰ ਤੋਂ ਵੀ ਕਰਿਆ ਸੀਗਾ, ਠੀਕ ਹੈ, ਉਦੋਂ ਕਹਿੰਦਾ ਇਹ, ਹੁਣ ਇਹਨੇ ਲਾਸਟ ਵਾਰੇ ਇਹਨੂੰ ਫੋਨ ਕਰਿਆ ਸੀਗਾ 22 ਮਈ ਨੂੰ, ਹਾਂਜੀ, ਇਸ ਨੂੰ ਕਿਹਾ ਸੀਗਾ ਵੀ ਤੂੰ ਟਿਕਣਾ ਕਿ ਕਿਵੇਂ ਕਰਨਾ, ਇਹਨੇ ਐ ਆਖਿਆ ਸੀ ਵੀ ਜੋ ਥੋਤੋਂ ਹੁੰਦਾ ਕੁਛ ਸਾਡਾ ਕਰ ਲੋ, ਜਿਹੜਾ ਕੁਛ ਹੁੰਦਾ ਪੱਟ ਲੋ, ਠੀਕ ਹੈ, ਇੰਨੀ ਗੱਲ ਕਹੀ ਸੀ ਸਾਨੂੰ ਵੀ ਮੇਰਾ ਤੁਸੀਂ ਕੱਖ ਨੀ ਕਰ ਸਕਦੇ, ਜਿੱਥੇ ਆਉਣਾ ਆ ਜਾਓ। ਇੱਕ ਇਹਦੇ ਡੈਡੀ ਨਾਲ ਕਿਹਨੇ ਗੱਲਬਾਤ ਕੀਤੀ ਸੀ ਜਿਹੜੀ ਉਹਦੇ ਚ ਵੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਉਹਦੇ ਡੈਡੀ ਨੂੰ ਵੀ ਕੋਈ ਕਹਿ ਰਿਹਾ, ਮੈਂ ਵੀਡੀਓ ਸੁਣੀ, ਆਡੀਓ ਸੁਣੀ ਸੀ ਉਹ ਫੋਨ ਤੇ, ਚੱਕਰ ਸੀਗਾ ਉਹ ਆਨਲਾਈਨ ਗਾਲਾਂ ਦਿੰਦਾ ਸੀਗਾ, ਉਹ ਜਦੋਂ ਥਾਪੀ ਥੁਪੀ ਮਾਰਦਾ ਸੀ ਲਾਈਵ ਆ ਕੇ ਗਾਲਾਂ ਦਿੰਦਾ ਸੀ, ਉਹ ਤਾਂ ਹੋਰ ਕਿਸੇ ਨੇ ਕਰਿਆ ਸੀਗਾ। ਅੱਛਾ, ਉਸ ਚ ਕੋਈ ਲੈਣਾ ਦੇਣਾ ਨੀ, ਅਸੀਂ ਇਹਦੇ ਪਿਓ ਨਾਲ ਨਾ ਤਾਂ ਅੱਜ ਤਾਈ ਗੱਲ ਕਰੀਏ ਤੇ ਨਾ ਕਰੀਏ, ਠੀਕ ਹੈ, ਅੱਛਾ, ਸਾਡੀ ਇਸ ਨਾਲ ਗੱਲ ਸੀਗੀ, ਇਹਦੇ ਨਾਲ ਨਿਬੇੜਤੀ, ਤੇ ਹੁਣ ਤੁਹਾਡਾ ਪੁਲਿਸ ਜੀ ਮੈਂ ਤੁਹਾਨੂੰ ਫੜ ਰਹੀ ਆ, ਤੇ ਤੁਹਾਡੇ ਚ ਕੋਈ ਹੈ ਕੋਈ ਵੀ ਪੁਲਿਸ ਦੇ ਕੋਲੇ ਆਤਮ ਸਮਰਪਣ ਕਰਨ ਦਾ, ਜਾਂ ਜਿਹੜੇ ਜੇਲ੍ਹ ਚ ਬੈਠੇ ਨੇ ਤੁਹਾਡੇ ਬੰਦੇ ਉਹ ਕਿਹੜੇ ਕਿਹੜੇ ਨੇ? ਜੇਲ੍ਹ ਦੇ ਵਿੱਚ ਵੀ ਤੁਹਾਡੇ ਸਾਥੀ ਬੈਠੇ, ਕੋਈ ਮਦਦ ਕਰਦੇ? ਇਹਦੇ ਚ ਕਿਹਨੇ ਕਿਹਨੇ ਮਦਦ ਕੀਤੀ ਤੁਹਾਡੀ ਮੂਸੇ ਵਾਲੇ ਕੇਸ ਚ?
ਇਹ ਵੀ ਲੋਰੈਂਸ ਬਾਈ ਕੋਲੇ ਤਾਂ ਫੋਨ ਹੈ ਨਹੀਂ ਸੀ ਪਹਿਲਾਂ ਹਾਂ ਕਰਿਆ ਵਾ ਸੀਗਾ ਅੱਛਾ ਠੀਕ ਹੈ ਸਾਨੂੰ ਟਾਰਗੇਟ ਇਹਨਾਂ ਨੇ ਪਹਿਲਾਂ ਦਿੱਤਾ ਸੀਗਾ ਇੱਕ ਮੰਥ ਹਾਂ ਉਦੋਂ ਇਹਨੂੰ ਇਸ ਮੰਥ ਦੇ ਵਿੱਚ ਦੋ ਤਿੰਨ ਵਾਰੀ ਫੋਨ ਵੀ ਕਰਿਆ ਸੀਗਾ ਸਿੱਧੂ ਨੂੰ ਅੱਛਾ ਪਰ ਇਹ ਸਮਝਿਆ ਨਹੀਂ ਗਾ ਠੀਕ ਹੈ ਅਸੀਂ ਸਮਝਾਉਣ ਦੀ ਸਾਡਾ ਕੋਈ ਏਡਾ ਹੈ ਨਹੀਂ ਸੀ ਵੀ ਅਸੀਂ ਇਹਦੀ ਜਾਣ ਲਈਏ ਸਾਨੂੰ ਵੀ ਦੁੱਖ ਹੈ ਇਹ ਗੱਲ ਦਾ ਠੀਕ ਹੈ ਮੈਂ ਵੀ ਪਛਤਾਉਣਾ ਹਾਂ ਪਰ ਇਹਨੇ ਗਲਤ ਕਰਿਆ ਵੀ ਹੁਣ ਕਹਿੰਦੇ ਆ ਵੀ ਉਹਦੇ ਮਾਂ ਪਿਓ ਰੁਲ ਗਏ ਵੀ ਮਾਂ ਪਿਓ ਤਾਂ ਵਿੱਕੀ ਦੇ ਵੀ ਰੁਲੇ ਸੀਗੇ ਗੁਰਲਾਲ ਬਰਾੜ ਦੇ ਵੀ ਰੁਲੇ ਸੀਗੇ ਹਾਂ ਪਰ ਹੁਣ ਕਈ ਲੋਕਾਂ ਦੇ ਵਿੱਚ ਇਹ ਆ ਨਾ ਵੀ ਲੱਤ ਮਾਂ ਕੋਈ ਤੋੜ ਦਿੰਦੇ ਕੁੱਟਮਾਰ ਹੋ ਜਾਂਦੀ ਮਾਰਨ ਵਾਲੀ ਗੱਲ ਕੱਲਾ ਮੁੰਡਾ ਸੀ ਉਹ ਕੱਲਾ ਤਾਂ ਵਿੱਕੀ ਵੀ ਕੱਲਾ ਹੀ ਸੀ ਉਹਦੇ ਕੋਲੇ ਵੀ ਬਹੁਤ ਪੈਲੀ ਸੀ ਉਹਦਾ ਮਾਂ ਪਿਓ ਅੱਜ ਦੇਖ ਲੋ ਸਦਮੇ ਚ ਹੈ ਅੱਜ ਤਾਈ ਠੀਕ ਨੀ ਹੋਇਆ ਕੋਮਾ ਚ ਪਈ ਹੈ ਉਹਦੀ ਮਾਂ ਠੀਕ ਹੈ ਉਹਦੇ ਘਰੇ ਜਾ ਕੇ ਹਾਲ ਦੇਖੋ ਉਹਦੇ ਭਰਾ ਦਾ ਹਾਲ ਦੇਖੋ ਤਾਂ ਕਰਕੇ ਮਾਰਿਆ ਸੀ ਸਾਨੂੰ ਕੋਈ ਏਡਾ ਕੋਈ ਚੱਕਰ ਛੋਟੇ ਆਪਾਂ ਮਰਨ ਮਰਾਈਏ ਨੂੰ ਹੋਰ ਹੋਰ ਨੀ ਕੋਈ ਇਹਦਾ ਚੀਜ਼ਾਂ ਦਾ ਹੱਲ ਕੱਢ ਸਕਦੇ ਵੀ ਮਾਰਨ ਨਾ ਹੋਏ ਕਿਸੇ ਜਾਨ ਲੈਣ ਨਾ ਹਾਂਜੀ ਤੁਸੀਂ ਵੀ ਕਿਸੇ ਦੇ ਬੱਚੇ ਹੋ ਤੁਹਾਡੇ ਵੀ ਮਾਂ ਬਾਪ ਨੇ ਹੰਕਾਰ ਹੋ ਗਿਆ ਵੀ ਮੈਨੂੰ ਕੋਈ ਨੀ ਮਾਰ ਸਕਦਾ ਠੀਕ ਹੈ ਇਹਨੇ ਅਸੀਂ ਫੋਨ ਵੀ ਕਰਿਆ ਨਾ ਜਦੋਂ ਇਹਨੇ ਇੰਨੀ ਗੱਲ ਹੀ ਗਈ ਸੀ ਵੀ ਥੋਥੋ ਜਿਹੜਾ ਕੋਈ ਹੁੰਦਾ ਤੁਸੀਂ ਕਰ ਲਿਓ ਠੀਕ ਹੈ ਮੈਂ ਨਾ ਅੱਜ ਦੱਸਾਂ ਬੰਦੇ ਨਾ ਦੱਸਾਂ ਕੱਲ ਇਹਨੇ ਆਹ ਗੱਲ ਇੰਟਰਵਿਊ ਚ ਵੀ ਗਈ ਸੀਗੀ ਠੀਕ ਹੈ ਤਾਂ ਹੀ ਉਸ ਆਪਦੇ ਮੈਨੇਜਰ ਨੂੰ ਇਹਨੇ ਸ਼ਗਨਦੀਪ ਨੂੰ ਬਾਹਰ ਭੇਜਿਆ ਸੀ ਸ਼ੁਭਦੀਪ ਨੂੰ ਅੱਛਾ ਤੁਹਾਡੇ ਹਥਿਆਰ ਤੋਂ ਬੜੇ ਹੈਰਾਨ ਨੇ ਲੋਕ ਵੀ ਉਹ ਰਸ਼ੀਆ ਦਾ ਪਹਿਲੀ ਵਾਰ ਪੰਜਾਬ ਦੇ ਵਿੱਚ ਆਇਆ ਕਹਿੰਦੇ ਪੁਲਿਸ ਬੜੀ ਹੈਰਾਨ ਹੈ ਰੂਸ ਦਾ ਸੀਗਾ ਹਾਂ ਰੂਸ ਦਾ ਸੀ ਹਾਂਜੀ ਉਹ ਤਾਂ ਉਹ ਕਿਵੇਂ ਆ ਗਿਆ ਹਥਿਆਰ ਪੰਜਾਬ ਦੇ ਵਿੱਚ ਉਹ ਛੱਡੋ ਜੀ ਹੁਣ ਡਰੋਨ ਰਾਹੀਂ ਇਧਰੋਂ ਪਾਕਿਸਤਾਨ ਚੋਂ ਵੀ ਆ ਜਾਂਦੇ ਆ ਅੱਛਾ ਹੁਣ ਤੁਸੀਂ ਕਿਵੇਂ ਵੀ ਅਗਲਾ ਹੋਰ ਕਹਿੰਦੇ ਵੀ ਹੋਰ ਕਈ ਟਾਰਗੇਟ ਦੇ ਨੇ ਕਈ ਕਲਾਕਾਰ ਉਹ ਟਾਰਗੇਟ ਸਲਮਾਨ ਹੈ ਅੱਛਾ ਹੁਣ ਇਹ ਸਲਮਾਨ ਦਾ ਕੀ ਕਸੂਰ ਹੈ ਸਲਮਾਨ ਦਾ ਤਾਂ ਸਾਰੇ ਕਸੂਰ ਹੈ ਕੀ ਕਸੂਰ ਕੀ ਕੀਤਾ ਉਹਨੇ ਉਸਨੇ ਕਾਲਾ ਹਿਰਨ ਮਾਰਿਆ ਸੀ ਅੱਜ ਉਸ ਬਰੀ ਹੋ ਗਿਆ ਅੱਜ ਉਹ ਪੂਰੇ ਕੇਸ ਚੋਂ ਬਰੀ ਹੋਇਆ ਠੀਕ ਹੈ 7 ਸਾਲਾਂ ਤੋਂ ਜੀ ਸਾਡੀ ਅਦਾਲਤ ਚੋਂ ਨਹੀਂ ਬਰੀ ਹੋਇਆ ਠੀਕ ਹੈ ਨਾ ਉਸਨੇ ਹਿਰਨ ਮਾਰ ਕੇ ਬਹੁਤ ਵੱਡੀ ਗਲਤੀ ਕਰੀ ਹੈ ਤੇ ਹੁਣ ਕੋਈ ਹੁਣ ਕੀ ਤੁਸੀਂ ਕਹਿ ਰਹੇ ਹੋ ਵੀ ਅੱਗੇ ਉਹ ਤੋਂ ਸਲਮਾਨ ਦਾ ਕਰਾਂਗੇ ਬਈ ਖੁੱਲ ਕੇ ਕਹਿ ਰਹੇ ਆ ਠੀਕ ਹੈ ਕੋਈ ਚੱਕਰ ਨਹੀਂ ਗਾ ਅੱਛਾ ਤੇ ਹੁਣ ਜੇ ਤੁਹਾਡਾ ਕੀ ਵੀ ਆਹ ਬਸ ਅਗਲੇ ਮੰਥ ਦੇ ਵਿੱਚ ਵਿੱਚ ਕਰ ਦੇਣਾ ਉਸੀ ਹੋ ਜੇ ਚ ਕਿੱਡਾ ਮਰਜ਼ੀ ਕੋਈ ਪੋਲੀਟੀਕਲ ਬੰਦਾ ਆ ਜੇ ਚ ਕੋਈ ਵੀ ਆ ਜੇ ਠੀਕ ਹੈ ਪਰ ਉਹ ਸਲਮਾਨ ਦਾ ਕਰਕੇ ਬਾਅਦ ਚ ਟਿਕਾਂਗੇ ਉਹ ਅੱਗੇ ਕੁਝ ਨਹੀਂ ਕਰਦੇ ਥੋੜਾ ਜਿਹਾ ਜ਼ਿੰਦਗੀ ਦੇਖੋ ਚੰਬਲ ਘਾਟੀ ਦੇ ਡਾਕੂ ਸੀ ਉਹ ਵੀ ਬੜੇ ਬੜੇ ਡਾਕੂ ਉਹਨਾਂ ਨੇ ਇੰਨਾ ਕੁਛ ਕਰਕੇ ਉਹ ਵੀ ਬਾਅਦ ਦੇ ਵਿੱਚ ਆਪਦੀ ਅਸਲ ਜ਼ਿੰਦਗੀ ਜਿਉਣ ਲੱਗ ਗਏ ਨੇ ਤੁਸੀਂ ਵੀ ਇੱਕ ਵਧੀਆ ਜ਼ਿੰਦਗੀ ਜੀਓ ਅਤੇ ਜੀਣ ਦਿਓ ਲੋਕਾਂ ਨੂੰ ਆਪ ਵੀ ਜੀਓ ਅਤੇ ਲੋਕਾਂ ਨੂੰ ਵੀ ਜਿਉਣ ਦਿਓ ਅਸੀਂ ਸੁੱਖ ਨਾਲ ਹੀ ਜਿਉਂਦੇ ਸੀ ਬਾਈ ਠੀਕ ਹੈ ਜੇ ਲੋਕ ਮਾੜਾ ਕਰਦੇ ਆ ਉਹਦੀ ਇਹ ਜੀ ਲੈਣ ਚ ਆਉਣਾ ਪੈਂਦਾ ਕੋਈ ਸ਼ੌਂਕ ਨਾਲ ਨਹੀਂ ਹੁੰਦਾ ਠੀਕ ਹੈ ਹੁਣ ਤਾਂ ਲੋਕ ਕਹਿ ਦਿੰਦੇ ਆ ਮੰਡੀਰਾਂ ਉੱਠਦੀਆਂ ਅਸੀਂ ਆਹ ਕਰ ਦਾਂਗੇ ਬਾਹ ਕਰ ਦਾਂਗੇ ਸਾਨੂੰ ਪਤਾ ਅੰਦਰ ਕਿਵੇਂ ਦਿਨ ਕੱਟਣੇ ਪੈਂਦੇ ਆ ਠੀਕ ਹੈ ਚਲੋ ਬੇਟੇ ਤੁਸੀਂ ਆਪਾਂ ਮੇਰੇ ਬੇਟੇ ਵਰਗੇ ਹੋ ਮੈਂ ਅਸੀਂ ਵੀ ਚਾਹੁੰਦੇ ਹਾਂ ਵੀ ਤੁਸੀਂ ਇੱਕ ਦੇਖੋ ਨਾਲੇ ਤਾਂ ਜ਼ਿੰਦਗੀ ਆਪਣੀ ਵੀ ਜੀਓ ਤੇ ਲੋਕਾਂ ਨੂੰ ਵੀ ਜਿਉਣ ਦਿਓ ਤੁਹਾਡੇ ਨਾਲ ਵਾਦਾ ਜਦੋਂ ਸਨਮਾਨ ਦਾ ਕਰਤਾ ਆ ਮਹੀਨੇ ਦੇ ਵਿੱਚ ਕਰ ਦਾਂਗੇ ਬਾਅਦ ਚ ਕੋਈ ਕੰਮ ਨਹੀਂ ਕਰਦੇ ਹੋਰ ਦੱਸੋ ਜੇ ਦੇਖੀਏ ਸਲਮਾਨ ਦਾ ਵੀ ਚਲੋ ਦੇਖੋ ਕਿਸੇ ਨੂੰ ਬੜੇ ਬੜੇ ਕੇਸਾਂ 'ਚ ਮਾਫ਼ ਕੀਤਾ ਜਾ ਸਕਦਾ ਚਲੋ ਜੇ ਉਹ ਤੋਂ ਗਲਤੀ ਹੋਈ ਅਦਾਲਤਾਂ ਨੇ ਜਾਂ ਫਿਰ ਵੀ ਉਹਨੂੰ ਭੁਗਤਣਾ ਤਾਂ ਪਿਆ ਕਾਫ਼ੀ ਹਾਂਜੀ ਅਤੇ ਹੁਣ ਸਜ਼ਾ ਤਾਂ ਅਦਾਲਤ ਨੇ ਦੇਣੀ ਸੀ ਜੇ ਘੱਟ ਦਿੱਤੀ ਗਈ ਚਲੋ ਕੋਈ ਨਹੀਂ ਮਾਫ਼ ਕਰੋ ਉਹਨੂੰ ਵੀ ਕਰ ਦਿਉ ਗਲਤੀ ਨਹੀਂ ਮੰਨੀ ਉਹਨੇ ਤਾਂ ਇੰਟਰਵਿਊ ਦਿੱਤਾ ਹਾਲਾਂਕਿ ਹਾਂ ਉਹਨੇ ਕਿਹੜਾ ਗਲਤੀ ਮੰਨੀ ਉਹ ਜੇ ਗਲਤੀ ਮੰਨ ਲੈਂਦਾ ਤਾਂ ਵੀ ਕਰ ਚਲੋ ਹੁਣ ਵੀ ਖਬਰ ਆ ਤੁਹਾਡੀ ਆ ਸੁਣ ਕੇ ਅਸੀਂ ਤੁਸੀਂ ਹੁਣ ਸਾਨੂੰ ਇਜਾਜ਼ਤ ਦਿੱਤੀ ਆ ਅਸੀਂ ਰਿਕਾਰਡਿੰਗ ਲਾ ਕੇ ਉਹਦੇ ਤੱਕ ਤੁਹਾਡਾ ਮੈਸੇਜ ਪਹੁੰਚਾਉਂਦੇ ਹਾਂ ਜੇ ਉਹ ਗਲਤੀ ਆਪਦੀ ਮੰਨ ਲੈਂਦਾ ਫਿਰ ਉਹਨੂੰ ਮਾਫ਼ ਕਰ ਦਿਓ ਠੀਕ ਹੈ ਕਰ ਲਿਓ ਹਾਂਜੀ ਠੀਕ ਹੈ ਨਾ ਕੋਈ ਦਿੱਕਤ ਨਹੀਂ ਵੀਡੀਓ ਚੜਾ ਦਿਓ ਜੇ ਮੈਂ ਫੋਟੋ ਭੇਜ ਦਿੰਦਾ ਹਾਂ ਫੋਟੋ ਜੇ ਤਾਂ ਉਹ ਮਾਫ਼ੀ ਮੰਗੂਗਾ ਫਿਰ ਤਾਂ ਅਸੀਂ ਬਖਸ਼ ਦਾਂਗੇ ਜੇ ਨਹੀਂ ਮੰਗਦਾ ਮਾਫ਼ੀ ਤੁਸੀਂ ਵੀ
ਹੁਣ ਪੰਜਾਬ ਦੇ ਵਿੱਚ ਜਿਹੜਾ ਹੈਗਾ ਹੋਰ ਜਿਹੜੇ ਕਲਾਕਾਰਾਂ ਦੀ ਗੱਲ ਚੱਲਦੀ ਹੈ ਵੀ ਕਿਸੇ ਦਾ ਹੋਰ ਬਣਾਇਆ ਜਾਊਗਾ ਜਾਂ ਕੀਤਾ ਜਾਊਗਾ, ਹਾਂਜੀ ਮਨਕੀਰ ਤੋਲਖ ਨਾਲ ਕੋਈ ਲੈਣ ਦੇਣ ਨਹੀਂ, ਉਹਨੂੰ ਗਲਤ ਫਸਾਇਆ ਜਾ ਰਿਹਾ। ਅੱਛਾ, ਸਾਰੀ ਜ਼ਿੰਮੇਵਾਰੀ ਲੋਰੈਂਸ ਦੀ ਸਾਡੀ ਹੈ, ਠੀਕ ਹੈ, ਹਾਂਜੀ ਉਹਨੂੰ ਗਲਤ ਫਸਾਇਆ ਜਾ ਰਿਹਾ, ਹੋਰ ਕੋਈ ਚੱਕਰ ਨਹੀਂਗਾ। ਮਨਕੀਰਤ ਨਾਲ ਸਾਡਾ ਨਾ ਕੋਈ ਲਿੰਕ ਹੈ ਨਾ ਕੋਈ ਹੋਰ। 2014 ਚ ਉਹਨੇ ਅਖਾੜਾ ਲਾਇਆ ਸੀ ਫਿਰੋਜ਼ਪੁਰ ਜੇਲ੍ਹ ਚ ਸਾਡੇ ਵਾਸਤੇ। ਹਾਂਜੀ, ਅੱਛਾ, ਮਨਕੀਰਤ ਔਲਖ ਨਾਲ ਕੋਈ ਨੀ ਆਪਣਾ ਤੁਹਾਡਾ ਕੋਈ ਦੁਸ਼ਮਣੀ? ਨਾ ਨਾ ਜੀ, ਉਹਨੇ ਲਾਇਆ ਸੀ ਅਖਾੜਾ 2014 ਚ, ਮੈਂ ਦੱਸਦਾ ਤੁਹਾਨੂੰ। ਹਾਂਜੀ ਹਾਂ, ਤੇ ਇਹਨੇ ਵਿੱਕੀ ਮਿੱਟੂ ਕੋਲ ਨੇ ਪ੍ਰਮੋਟ ਕਰਿਆ ਸੀਗਾ। ਅੱਛਾ ਜੀ, ਬਸ ਉਦੋਂ ਮਾੜਾ ਸਾਡੇ ਤੇ ਲੱਗਣ ਲੱਗ ਗਏ ਸੀ ਇਸ ਤੇ ਮਨਕੀਰਤ ਔਲਖ ਦੇ ਬੰਬੀਆ ਗਰੁੱਪ ਵਾਲੇ ਵੀ, ਉਹਨੇ ਜੇਲ੍ਹ ਚ ਜਾ ਕੇ ਖੜਾ ਲਾਇਆ ਵੀ ਪਹਿਲੀ ਵਾਰ ਜੇਲ੍ਹ ਚ ਖੜਾ ਲੱਗਿਆ ਸੀ, ਕਦੇ ਸੁਣਿਆ ਤੁਸੀਂ? ਨਹੀਂ। ਹਾਂ, ਤੇ ਤੁਹਾਡਾ ਪੋਲੀਟੀਕਲ ਕਿਸੇ ਪਾਰਟੀ ਨਾਲ ਸੰਬੰਧ ਸੀ ਕਰਤਾ? ਤੁਹਾਡਾ ਕਿਸੇ ਪੋਲੀਟੀਕਲ ਪਾਰਟੀ ਨਾਲ ਸੰਬੰਧ ਹੈ? ਨਾ, ਸਾਡਾ ਕੋਈ ਸੰਬੰਧ ਨਹੀਂ ਕਿਸੇ ਨਾਲ। ਅੱਛਾ, ਨਾਲੇ ਉਹ ਕਹਿੰਦੇ ਵੀ ਉਹ SOI ਦਾ ਮੈਂਬਰ ਸੀ ਮਿੱਟੂ ਖੇੜਾ। SOI ਕਾ ਇਹਨਾਂ ਦੇ ਆਪਣੇ ਕਾਲੀਆਂ ਦੇ? ਹਾਂਜੀ, ਉਹ ਤਾਂ ਜੀ ਅਸੀਂ ਕੋਈ ਗੇਮ ਸੀਗੀ, ਮੈਂ ਤੁਹਾਨੂੰ ਸੱਚ ਦੱਸ ਦਿੰਦਾ, ਉਹ SOI ਪਾਰਟੀ ਤਾਂ ਬਣਾਈ ਸੀ ਵੀ ਸੋਪੂ ਦੇ ਸਾਡੇ ਪੋਸਟਰ ਨਹੀਂ ਲੱਗਦੇ ਸੀਗੇ। ਅੱਛਾ,